ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ। ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦੇ ਮੁਤਾਬਕ ਅੱਜ ਫਿਰੋਜ਼ਪੁਰ ਵਿੱਚ ਕਰੀਬ 9,000 ਕਿਸਾਨਾਂ ਦੇ 58 ਕਰੋੜ ਦੇ ਕਰਜ਼ ਮੁਆਫ਼ ਕੀਤੇ ਗਏ ਨੇ। ਸਾਲ ਬਾਅਦ ਵੀ ਥੋੜੇ ਥੋੜੇ ਕਰਜ਼ ਮਾਫ਼ ਕਰਨ ਕਰਕੇ ਕਿਸਾਨ ਸਰਕਾਰ ਤੋਂ ਬਾਹਲੇ ਖੁਸ਼ ਨਹੀਂ। ਫਿਰੋਜ਼ਪੁਰ ਦੇ ਪੈਲਸ ਵਿੱਚ ਰੱਖੇ ਕਰਜ਼ ਮੁਆਫ਼ੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪਹੁੰਚੇ। ਇਸ ਮੌਕੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਰਾਣਾ ਸੋਢੀ ਦੀ ਗੈਰ ਹਾਜ਼ਰੀ ਵੀ ਚਰਚਾ ਦਾ ਵਿਸ਼ਾ ਬਣੀ ਰਹੀ। ਰੰਧਾਵਾ ਨੇ ਕਿਸਾਨਾਂ ਨੂੰ ਕਰਜ਼ ਮੁਆਫ਼ੀ ਦੇ ਸਰਟੀਫਿਕੇਟ ਵੰਡਦਿਆਂ ਆਉਂਦੇ ਸਮੇਂ ਵਿੱਚ ਬਾਕੀ ਵਾਅਦੇ ਵੀ ਜਲਦ ਪੂਰੇ ਕਰਨ ਦਾ ਭਰੋਸਾ ਦਿਵਾਇਆ। ਜਿਹੜੇ ਬਾਕੀ ਕਿਸਾਨ ਜਿਵੇਂ ਰਹਿ ਗਏ ਹੋਣਗੇ ਉਹਨਾਂ ਦਾ ਸਾਡੇ ਨਾਲ ਦੀ ਨਾਲ ਡਿਪਾਰਟਮੈਂਟ ਤੋਂ ਵੀ ਨਾਲ ਫੇਰੀ ਕਰ ਰਹੇ ਦਿੱਕਤ ਨਹੀਂ ਆ ਰਹੀ ਔਰ ਉਹ ਜਿਹੜੇ ਰਹਿ ਗਏ ਉਹਨਾਂ ਨੂੰ ਦੁਬਾਰਾ ਇਹਨਾਂ ਫੰਕਸ਼ਨਾਂ ਵਿੱਚ ਆਉਣ ਦੀ ਲੋੜ ਨਹੀਂ ਉਹਨਾਂ ਦੇ ਅਕਾਊਂਟ 'ਚ ਪੈਸੇ। ਇਹਦਾ ਮਤਲਬ ਜਿਹੜੇ ਬੰਦੇ ਨੇ ਟੋਟਲ ਆਪਣਾ ਕਰਜ਼ਾ ਮਾਫ ਕਰੇ ਉਹਦਾ ਕਰਜ਼ਾ ਉੱਤਰ ਗਿਆ ਪੁਰਾਣਾ ਵੀ ਅੱਜ ਤੋਂ 10 ਸਾਲ ਪਹਿਲਾਂ 5 ਸਾਲ ਪਹਿਲਾਂ ਜਾਂ ਉਹਦੇ ਨਾਂ ਦੇ ਅੱਗੇ 5 ਰੁਪਏ ਅੱਜ ਵੀ ਖੜ੍ਹੇ ਨੇ ਅਤੇ ਉਹ ਡਿਫਾਲਟ ਜਿਹੜੀ ਉਦੋਂ ਕਰਜ਼ਾਈ ਲਿਖਿਆ ਸੀ ਅਤੇ ਉਹ ਜਿਹੜੀ ਸਿਸਟਮ ਹੈ ਉਹਦੇ 'ਚ ਉਹਨੂੰ ਚੈੱਕ ਨਹੀਂ ਦਿੱਤਾ ਕੋਈ ਵੀ ਉਹਦੇ ਅਕਾਊਂਟ 'ਚ ਉਹਨੇ 5 ਰੁਪਏ ਭੇਜ ਦਿੱਤਾ ਕਿ ਤੇਰੇ ਜਿਹੜੇ ਤੇਰੇ ਨਾਂ 'ਤੇ ਹੁਣ ਕੋਈ ਕਰਜ਼ਾ ਨਹੀਂ। ਦੇਖੋ ਜੇ ਅਸੀਂ ਇਸੇ ਚੀਜ਼ ਨੂੰ ਲੈ ਕੇ ਤੁਰੇ ਨੇ ਕਿ 5 ਰੁਪਏ 10 ਰੁਪਏ ਕਿ ਪੰਜਾਬ ਹਿੰਦੁਸਤਾਨ ਦੇ ਵਿੱਚ ਇਹ ਲਿਸਟ ਦੇ ਵਿੱਚ ਆਈਏ ਨਹੀਂ ਕਿ ਇੰਨੇ ਬੰਦੇ ਕਰਜ਼ਾਈ ਨੇ ਵੀ ਚੈੱਕ ਜਿਹੜੀ ਚੈੱਕ ਵੱਖਰੀ ਚੀਜ਼ ਹੈ ਉਹਦੇ ਅਕਾਊਂਟ 'ਚ ਤਾਂ ਮਤਲਬ ਤੁਸੀਂ ਕੋਈ ਨਹੀਂ ਚਾਹੁੰਦੇ ਕਿ ਜਿਹਦਾ 5 ਰੁਪਏ ਉਹਦਾ 5 ਰੁਪਏ ਉੱਦਾਂ ਹੀ ਖੜ੍ਹਾ ਰਹੇ ਉਹ ਅਸੀਂ ਖਤਮ ਕਰਤਾ ਜੋ ਹੁਣੇ ਕਰਦਾ ਕਿ 3,000 ਪਿੰਡ ਤੱਕ ਅਸੀਂ ਕਿਸੇ ਨੂੰ ਵੀ ਉਹਦੇ ਤੋਂ ਪਹਿਲਾਂ ਵੈਸੇ ਮੇਰੀ ਗੱਲ ਸੁਣ ਕੇ ਪ੍ਰਸਾਰਣ ਇਹ ਹੋਣਾ ਚਾਹੀਦਾ ਜੇ ਕਿ ਜਿਵੇਂ ਲੋਕ ਸਭਾ 'ਚ ਇੱਕ ਨੂੰ ਦੇ ਦਿੱਤਾ ਜਾਂਦਾ ਅਤੇ ਉਹ ਸਾਰਿਆਂ ਨੂੰ ਸਾਰੇ ਚੈਨਲ ਜਿਹੜੇ ਉਹਨੂੰ ਰਿਲੀਜ਼ ਕਰਨਾ। ਇਹ ਨਹੀਂ ਹੋਣਾ ਚਾਹੀਦਾ ਕਿ ਇੱਕ ਚੈਨਲ ਦੇ ਕੋਲ ਦਰਬਾਰ ਸਾਹਿਬ ਸਿਰਫ ਸਾਂਝੀ ਵਾਲਤਾ ਦਾ ਸਾਨੂੰ ਉਪਦੇਸ਼ ਦਿੱਤਾ ਕਿ ਚੌ ਵੱਲੋਂ ਲੋਕਾਂ ਸਾਂਝਾ 4 ਦਰਵਾਜ਼ੇ ਰੱਖੇ ਗੁਰੂ ਸਾਹਿਬ ਅਤੇ ਫਿਰ ਉਹ ਤੁਸੀਂ ਇੱਕ ਚੈਨਲ ਨੂੰ ਕਿਉਂਕਿ ਨਾ ਕਿ ਇੱਕੋ ਹੀ ਚੱਲੇ ਅਤੇ ਬਾਕੀ ਨਹੀਂ ਚੱਲਣ ਦਿੱਤੇ। ਇਹ ਗੁਰਬਾਣੀ ਜਿਹੜੀ ਆ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਅਤੇ ਹਰ ਚੈਨਲ 'ਤੇ ਚੱਲਣਾ ਚਾਹੀਦਾ। ਜਿਹੜੇ ਮਰਜ਼ੀ ਚੈਨਲ ਨੂੰ ਲੱਭੀਏ ਸਵੇਰੇ ਸਾਨੂੰ ਉੱਥੇ ਗੁਰੂ ਦੇ ਦਰਸ਼ਨ। ਜੇਲ੍ਹਾਂ ਦੀ ਸੁਰੱਖਿਆ ਬਾਰੇ ਕੀ ਇੰਤਜ਼ਾਮ ਕੀਤੇ ਜਾ ਰਹੇ? ਜੇਲ੍ਹਾਂ ਦੀ ਸੁਰੱਖਿਆ ਬਾਰੇ ਤੁਸੀਂ ਦੇਖ ਹੀ ਰਹੇ ਹੋ, ਮੋਬਾਈਲ ਸਰ ਲਗਾਤਾਰ ਮਿਲ ਮੈਂ ਮੋਬਾਈਲ ਹੁਣ ਇਹਦਾ ਮਤਲਬ ਮੈਂ ਬੰਦ ਕਰਦਾ ਫੜ ਦੇ। ਤੁਸੀਂ ਇਹ ਕਹੋ ਕਿ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ। ਵੇਖੋ ਜਿਹੜੀ ਪੁਰਾਣੀ ਕਰੋਨਿਕ ਡਿਜ਼ੀਜ਼ ਆ ਅਕਾਲੀ ਦੇ ਟਾਈਮ 'ਚ ਜੇ ਮੈਂ ਖਤਮ ਕਰ ਰਿਹਾ ਅਤੇ ਇਹਦਾ ਮਤਲਬ ਕਿ ਜਿਹੜੀ ਡੇ ਬਾਈ ਡੇ ਮੈਂ ਮੋਬਾਈਲ ਫੜ ਕੇ ਉਹਨਾਂ ਨੂੰ ਖਤਮ ਕਰ ਰਿਹਾ ਇਹਦੇ 'ਚ ਇੱਕ ਦਿਨ 'ਚ ਖਤਮ ਨਹੀਂ ਹੋਣੀ। ਲੋਕਾਂ ਨੇ ਛਪਾਏ ਹੋਣਗੇ ਕਿਤੇ ਰੱਖੇ ਵੀ ਹੋਣਗੇ ਉਹਦੇ 'ਚ ਉਹਨਾਂ ਚੀਜ਼ਾਂ ਨੂੰ ਕੱਢਣ ਲਈ ਟਾਈਮ ਜਿਹੜਾ ਕਿ ਫਿਰੋਜ਼ਪੁਰ ਤੋਂ ਗੁਰਮੇਜ ਸਿੰਘ ਦੀ ਰਿਪੋਰਟ ਏਟੀਵੀ ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।